प्यारे बहन भाइयों अस्सलाम वालेकुम। मैं उम्मीद करता हूँ कि आप सभी बहन भाई अल्लाह ताला के फ़ज़ल और करम के साथ ठीक ठाक होंगे, और हमारी दुआ है कि अल्लाह ताला हमारे सभी बहन भाई को खुशी रखे, आबाद रखे और आप सब हंसते मुस्कुराते रहें। इस दुआ के साथ अपनी आज की वीडियो करते हैं शुरू। और वीडियो शुरू करने से पहले जो दोस्त हमारे चैनल पर नए हैं जिन्हें अभी तक हमारे यूट्यूब चैनल आवाज़ को सब्सक्राइब नहीं किया तो चैनल सब्सक्राइब कर लें। अगर हमारे चैनल को सब्सक्राइब कर साथ में घंटे के बटन जरूर प्रेस करें ताकि हम जो भी नई वीडियो बनाएंगे उसका नोटिफिकेशन आपको बर वक्त मिलता रहेगा। अच्छा भी पक्खा सैट करना सी। एक साढ़े करीबी मेरा दोस्त है, उन्होंने भी सोलर लगाया सी। उधर आया सी भेजना उन्हें, एक दिन वैसे भी काम सी कोई, तो मैं कहना आए हुए नाले सोलर चेक कर लीए। सुबह सुबह का टाइम हजे तकरीबन 9 बजते हो 15 मिनट, तो सुबह सुबह तो सूरज इन्ना कौन है वो चलता पे, पानी ठीक ठाक दे रहे लेकिन इतना ज़्यादा कौन जो धुप जो कम है, अरे पैसा छत लगी हुई है करता है, फूल ही नहीं लगे थे कि यह भी 20 की है, ये तो मेरे की 14-15 नहीं होगी, 20 की होगी तकरीबन। बड़ी फूल ही चल रहा है पाया, कितने पीछे की पीछे फ्रिक लगी हुई है, भैया छाते प्लेटा लगाई हुई हैं 540 वाट दियाँ, तो जो इस तरह सूरज की सत्ता होगी इस साइड पर तो हो जाएगा सा पानी पूरा, लेकिन फिलहाल है कि नुक्कड़ पानी का स्टैंड का ही फायदा होंगे कि घुमा लो जिस साइड में, तो जिस तरह मर्जी पानी पूरा कर लो, लेकिन फिर इसका टाइम टेबल होंगे है। हम देखते हैं प्लेटा कितनी है, तो भाई होनी पानी लगा रहे लेकिन आप पानी इतने तो दे रहे थे इसलिए फिर मैं छत उपर आ गया। भाई होनी कहें उसी उपर चढ़ के देख लो, हम देखते हैं प्लेटा कितनी लगियाँ, असन चेक कर ली तो फिर आपसी भी चलते हैं अगर अज या सवेरे लैन। चाहिए 30 प्लेटा भाई हमने लाई हुई हैं 540 वाट दियाँ, तो हम चलते हैं घर जाके पक्खा फिट करते हैं, फिर समान लेना से असी दुकान तो लैके आए, कोई लगा तोड़े अग देख के आने। अंदर बैठ के सोच लगाया भाई इन्होंने, तो बाहरों सिस्टम आ रहा ये काम चंगा, सो हम असी भी चलते हैं इसका पता ही करते हैं, सोचता की रेट है नाले नाले भाई होना मजीद फलो मत लेंगे इस बारे फिर असं। ਪੁੱਤ ਪਰਾਮੀ 'ਚ ਉਹਨਾਂ ਨੇ ਦਵਾਈ ਲੈਣ ਆਏ ਸੀ, ਨਾਲੇ ਫਿਰ ਸੋਲਰ ਪਲੇਟਾਂ ਦਾ ਪਤਾ ਕਰਨਾ ਸੀ, ਅਤੇ ਇਸ ਦੁਕਾਨ 'ਤੇ ਆਏ ਹਾਂ। ਉਸ ਤੋਂ ਇਸ ਦਾ ਬਿੱਲ ਬਣਾਉਂਦੇ ਹਾਂ, ਪਲੇਟਾਂ ਅੱਛੀ ਲੈਣ ਦੇ ਕੀ ਬਿੱਲ ਬਣਦਾ ਹੈ, ਕੀ ਮੁਲਾਮਤ ਨਾਲ ਲਗਾਉਂਦੇ ਅਸੀਂ, ਅਤੇ ਫਿਰ ਲਾਵਾਂਗੇ ਉਸ ਹਫ਼ਤਾ। ਫਿਰ ਅਸੀਂ ਟੇਬਲ ਕਰਾਉਣਾ ਸੀ, ਕੱਲ੍ਹ ਅਸੀਂ ਸਮਾਨ ਉਸਦਾ ਲੈ ਆਏ ਸੀ, ਅਤੇ ਉਹ ਮਸ਼ੀਨ ਵੀ ਆ ਗਈ ਆ ਜਿਸ ਨਾਲ ਬੁਰ ਕੀਤਾ ਜਾਏਗਾ ਬਰਮੇ ਵਾਲੀ ਮਸ਼ੀਨ, ਅਤੇ ਖਾਲਾ ਖੁਲਾ ਅਸੀਂ ਕੱਲ੍ਹ ਤਿਆਰ ਕਰ ਲਿਆ ਸੀ, ਛੋਟਾ ਜਿਹਾ ਬਈ ਇਹਨਾਂ ਨੇ ਪਰੇ ਗੋਲਰਾ ਜਿਹਾ ਬਣਾ ਕੇ ਤਿਆਰ ਕੀਤਾ ਆ, ਇਸ ਦਾ ਪਾਣੀ ਵਾਪਸੀ ਜਾਏਗਾ ਰੇਤਾਂ ਵਾਲਾ ਸਾਫ਼ ਪਾਣੀ, ਚਿੱਟੀ ਮਿੱਟੀ ਹੋਏਗੀ ਜਾਂ ਦੂਸਰੀ ਰੇਤਾਂ ਪਹਿਲਾਂ ਸਟੋਏ ਵਾਸਤੇ ਪਾਣੀ ਨਿਕਾਸੀ ਵਾਸਤੇ, ਅਤੇ ਗਿਆ ਬਈ ਉਹਨੇ ਪੈਪ ਨਾਲ ਲੈ ਕੇ ਜਿਹੜਾ ਨਿਚਲ ਟਕਾਵੀ ਨਾਲ ਪਾਉਣੀ ਕਿਉਂਕਿ ਟਕਾਵਾਂ ਪੋਰ ਕਰਾਉਣਾ ਟੱਕਰਾਂ ਨਹੀਂ ਕਰਾਉਣ ਲੱਗੇ ਹੈਗੇ, ਅਤੇ ਫਿਲਟਰ ਫੁਲਟਰ ਕੱਲ੍ਹ ਲੈ ਕੇ ਆਏ ਸੀ ਪੈਪ, ਗਿਆ ਫਿਰ ਅਸੀਂ ਕੱਲ੍ਹ ਸ਼ਾਮੀ ਖਾਲਾ ਵੀ ਤਿਆਰ ਕਰ ਲਿਆ ਸੀ ਕੁਛ ਦਿਨਾਂ ਸੁਬਹ ਕੀਤਾ, ਫਿਰ ਗਿਆ ਉਸ ਟਿਊਬਵੈੱਲ 'ਤੇ ਅਸੀਂ ਟਰੈਕਟਰ ਲਗਾ ਦਿੱਤਾ ਆ, ਅਤੇ ਸ਼ਾਪਰ ਵੀ ਬਾਈ ਨੇ ਲੈ ਕੇ ਆਏ ਨੀਚੇ ਸੀ, ਅਤੇ ਫਿਰ ਇਹ ਡਿੱਬੇ ਦੀ ਚੜ੍ਹਾਈ 'ਤੇ ਸੀ ਸ਼ਾਪਰ, ਫਿਰ ਪਾ ਕੇ ਫਿਰ ਬੋਰਡ ਪਾਣੀ ਤਕਰੀਬਨ ਬੁੱਠ ਤੱਕ ਆ ਜਾਏਗਾ ਸਾਹਮਣੇ, ਤਾਂ ਕਿ ਤੱਕ ਸ਼ਾਪਰ ਆਇਆ ਹੋਇਆ, ਪਿੱਛੋਂ ਖਾਲਾ ਬੰਦ ਕਰ ਲਾਂਗੇ ਲੇਕਿਨ ਅਸੀਂ ਜ਼ਿਆਦਾ ਖਾਲਾ ਆਪਣੇ ਆਦਾ ਸੀ, ਅਤੇ ਉਹਨੂੰ ਫਿਲਹਾਲ ਪਾਣੀ ਰੋਕ ਦਿੰਦੇ ਬਾਅਦ 'ਚ ਚਲਾ ਲਾਂਗੇ ਕਿਉਂਕਿ ਤਾਂ ਹੁਣ ਸ਼ਾਪਰ ਪਹੁੰਚ ਜਾਏ, ਕਿਉਂਕਿ ਪਾਣੀ 'ਚ ਲਾ ਕੇ ਅਤੇ ਪਾਣੀ ਬਾਈ ਹੁਣ ਪਾਣੀ ਦੇਵਾਂਗੇ, ਅਤੇ ਪਾਣੀ ਦੇ ਨਾਲ ਹੀ ਬਰਨੇ ਵਾਲਾ ਬੋਰ ਹੋਏਗਾ, ਅਤੇ ਬਾਈ ਕੰਮ ਕਰਨ ਦੇ ਹੋ ਗਿਆ ਤਕਰੀਬਨ ਇੱਕ ਦਾ ਟਾਈਮ ਹੋ ਗਿਆ, ਫਿਰ ਬਾਈ ਨੇ ਖਾਣਾ ਦਿੱਤਾ ਚਾਏ, ਬਾਈ ਨੇ ਖਾਣਾ ਖਾ ਕੇ ਚਾਏ ਪੀਣ, ਉਸ ਤੋਂ ਬਾਅਦ ਲਾ ਕੇ ਕਰਕੇ ਕੰਮ ਸ਼ੁਰੂ ਕਰਦੇ ਹਾਂ, ਅਤੇ ਉਸ ਦੇ ਨਾਲ ਹੁਣ ਫਿਰ ਮੈਂ ਕੋਈ ਜਾ ਕੇ ਲਿਆਵਾਂ ਮਿੱਠੀ ਚੀਜ਼, ਬਾਈ ਕਹਿੰਦਾ ਸੀ ਕਿ ਬਦਾਨਾ ਬਦੁਨਾ ਲੈ ਕੇ ਆਇਓ, ਫਿਰ ਉਹ ਜਦੋਂ ਬਾਈ ਨੇ ਫਿਲਟਰ ਨੀਚੇ ਤਾਰਨੇ ਫਿਰ ਕੋਈ ਮਿੱਠੀ ਚੀਜ਼ ਬਾਈ ਨਹੀਂ ਕਹਿੰਦੇ ਆ, ਅਤੇ ਇਸ ਲਈ ਬਦਾਨਾ ਲੈ ਕੇ ਆਉਂਦੇ, ਬਦਾਨਾ ਔਰ ਨਮਕ ਬਾਰੇ ਮੈਂ ਦੇਖ ਕੇ ਆਇਆ, ਸੁਬਹ ਨਿਕਲਦੇ ਪਏ ਸੀ ਉਹ ਲੈ ਕੇ ਆਉਂਦੇ, ਨਾਲੇ ਗੋਸ਼ਤ ਬਾਈ ਨਹੀਂ ਕਹਿ ਰਹੇ ਸੀ ਹੁਣ ਸ਼ਾਮ ਦੇ ਖਾਣੇ ਵਾਸਤੇ ਉਹ ਲੈ ਕੇ ਆਉਂਦੇ ਆ, ਅਤੇ ਫਿਰ ਭਾਬੀ ਨੇ ਪਕਾ ਲਿਆਂਗੇ ਜਾਂ ਮੈਂ ਪਕਾ ਲਿਆ ਕਿ ਮੈਂ ਸਮਾਨ ਲਿਆਵਾਂ, ਤਾਂ ਉਸ ਤੋਂ ਬਾਅਦ ਫਿਰ ਹੁਣ ਦੂਸਰਾ ਕੰਮ ਹੋ ਗਿਆ, ਪਾਣੀ ਪੁਣੀ ਮਾਲ ਨੂੰ ਪਿਲਾ ਲਿਆ, ਫਿਰ ਮੈਂ ਪੱਠੇ ਪਾਉਣੇ ਆ, ਪਹਿਲਾਂ ਜਾ ਕੇ ਮੈਂ ਕੁਛ ਰੁੱਤਾਂ ਨਾਲ ਲਿਆਵਾਂ, ਮੈਂ ਵਾਸ਼ਿੰਗ ਮਸ਼ੀਨ ਲਗਾਈ ਹੋਈ, ਵਾਸ਼ਿੰਗ ਮਸ਼ੀਨ ਔਰ ਸਪਿਨਰ ਕੱਪੜੇ ਧੋ ਕੇ ਨਾਲ ਸਿਖਾ ਜਾ ਕੇ ਅਤੇ ਤਾਰ 'ਤੇ ਟੰਗੀ ਜਾਂਦੇ ਆ, ਮੈਂ ਪਾਣੀ ਲੈ ਕੇ ਆਏ ਹੁਣ ਮੈਂ ਟੇਬਲ ਚਲਾ ਲਈਏ, ਅਤੇ ਫਿਰ ਪਾਣੀ ਤੋੜ ਦਈਏ ਬਾਈ ਹੁਣ, ਅਤੇ ਲਾ ਕਰੇ ਕੰਮ ਸ਼ੁਰੂ ਕਰੀਏ ਉਹਦਾ।
चलाइए उस्ताद, ठहर के चलाना था जे छापर कुछ फटे होया है वजह तो फिर साकेट ऊपर जोड़ लगा रहे ताकि पानी नीचे जाया ना हो। एक पैप और लेकिन साढ़े हम सा आता सी लेकिन ये जैसी साढ़ा छे सात बोर ते ये पांच छे का बोर मैं लगता उसका सी पैप तय करके नाल तो उपर चढ़िया नहीं है। फिर हौसले ना हौसले ना वो सामने एक सुराख छोटा जहा आया इधर भी है एक उधर भी है एक वो दो है इधर सागर चढ़नी पऊ तक करो ए जगाड़ पक्का पक्का ए बहुत खराब है सुराख रिस्की रिस्की चलन दे पट्ठी मट्ठी ज्यादा रेस दोगे तो शायद फट गया सारा लो थोड़ा बहुत काम चल जाऊगा ज्यादा ना होए मुंडे ने छापर जाता ही फूड दिता बेडशीट भी मैं धो दी है तो स्पिनर सुखा के ते डूबते सुकने वास्ते पाती है पानी खुश करके स्पिनर से डूबते पाई के बिल्कुल खुश्क हो जाए बिल्कुल सुक जाए अच्छी तरह तो फिर इस मिस्त्री करे गए बेडशीट लगता बेल्ट पाएगी।